ਨੰਨਾ ਜੀ ਹਾਂਜੀ ਟੀਵੀ 'ਤੇ ਦੇਖਦੇ ਹਾਂ ਜੀ ਤੁਹਾਨੂੰ ਆਸ਼ੀਰਵਾਦ ਲੈਣ ਆਏ ਹੋ ਬਿਲਕੁਲ ਜੀ ਬਿਲਕੁਲ ਵੋਟ ਪਾਵਾਂਗੇ ਜੀ ਤੁਹਾਨੂੰ ਸਾਡੇ ਜਿਹੜੇ ਦਰਬਾਰ ਹੈ ਤੁਹਾਡੇ ਵਾਸਤੇ ਵੀ ਅਤੇ ਸਾਰਿਆਂ ਵਾਸਤੇ ਅਤੇ ਖੁੱਲ੍ਹਿਆਂ ਦਰਬਾਰ ਜਿਵੇਂ ਪਿਤਾ ਜੀ ਜਦ ਹੁੰਦੇ ਸੀ ਤਾਂ ਵੀ ਦਰਬਾਰ ਖੁੱਲ੍ਹੇ ਹੁੰਦੇ ਸੀ ਨਾ ਜਦ ਮਰਜ਼ੀ ਤਰੁਣ ਜੀ ਨੰਨਾ ਜੀ ਆਏ ਹਾਂ ਤੁਹਾਡੇ ਘਰ ਅੱਜ ਆਸ਼ੀਰਵਾਦ ਲੈਣ ਖੁਰਾਣਾ ਸਾਹਿਬ ਦਾ ਕਿਆ ਕਹਿਣਾ ਚਾਹੁੰਦੇ ਜੀ ਵੈਲਕਮ ਹੈ ਇਹਨਾਂ ਦਾ ਜਿਵੇਂ ਮੇਰੇ ਪਿਤਾ ਜੀ ਹੁੰਦੇ ਸੀ ਤਾਂ ਸਾਡੇ ਦਰਬਾਰ 24 ਘੰਟੇ ਖੁੱਲ੍ਹੇ ਹੁੰਦੇ ਸੀ ਜੀ ਆਮ ਪਬਲਿਕ ਵਾਸਤੇ ਵੀ ਅਤੇ ਕੋਈ ਵੀ ਆਏ ਜਿਵੇਂ ਹੀ ਸਾਡੇ ਦਰਬਾਰ ਅੱਜ ਵੀ ਖੁੱਲ੍ਹੇ ਉਹਨਾਂ ਦਾ ਆਸ਼ੀਰਵਾਦ ਕੋਈ ਵੀ ਲੈਣ ਆ ਸਕਦਾ ਜੀ ਅਤੇ ਕੀ ਕਹਿਣਾ ਚਾਹੋਗੇ ਆਪਣੀ ਬਰਾਦਰੀ ਦੇ ਬੰਦੇ ਆ ਜੀ ਇਹ ਅਤੇ ਅੱਜ ਇਹਨਾਂ ਨੇ ਬੜੀ ਹਿੰਮਤ ਕੀਤੀ ਦੇਖੋ ਜੀ ਸਾਨੂੰ ਤਾਂ ਖੁਸ਼ੀ ਹੈ ਆਪਣੀ ਬਿਰਾਦਰੀ ਦੇ ਜਦ ਵੀ ਕੋਈ ਅੱਗੇ ਆਏ ਆਪਣੀ ਬਿਰਾਦਰੀ 'ਚੋਂ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹੁਣ ਮੇਰੇ ਪਿਤਾ ਜੀ ਦਾ ਵੀ ਪੂਰੀ ਜ਼ਿੰਦਗੀ ਉਹਨਾਂ ਦਾ ਵੀ ਇਹੀ ਪ੍ਰਯਾਸ ਰਿਹਾ ਕਿ ਹਾਂ ਵੀ ਆਪਣਾ ਕੋਈ ਬਿਰਾਦਰੀ 'ਚੋਂ ਜਿਹੜੀ ਹੈ ਆਪਣੀ ਬਿਰਾਦਰੀ ਅੱਗੇ ਨਿਕਲ ਕੇ ਆਏ ਰਾਜਪੁਰੇ ਦਾ ਕੋਈ ਜਿਹੜੇ ਵੀ ਆਪਣੇ ਬੰਦੇ ਹੈ ਉਹ ਕੋਈ ਅੱਗੇ ਆਉਣ ਤਾਂ ਜਿੱਥੇ ਵੀ ਹੈ ਜੀ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਅਗਰ ਕੋਈ ਵੀ ਬੰਦਾ ਰਾਜਪੁਰੇ ਦਾ ਰੀਪ੍ਰਜੈਂਟੇਟਿਵ ਜਿੱਥੇ ਵੀ ਅਸੈਂਬਲੀ 'ਚ ਪਾਰਲੀਮੈਂਟ 'ਚ ਜਾਂਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਨੰਨਾ ਜੀ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਹਾਂ ਅਤੇ ਐਮ ਪੀ ਇਲੈਕਸ਼ਨ 'ਚ ਖੜ੍ਹੇ ਹੋ ਰਹੇ ਇਹਨਾਂ ਦੀ ਹਿੰਮਤ ਦੀ ਮਤਲਬ ਕਿਆ ਕਹੋਗੇ ਤੁਸੀਂ ਅਸੀਂ ਤਾਂ ਦਾਤ ਦਿੰਦੇ ਹਾਂ ਇੱਕ ਬੜੇ ਸਧਾਰਨ ਪਰਿਵਾਰ 'ਚੋਂ ਆਪਾਂ ਕਹੀਏ ਕਿ ਨੰਨਾ ਜੀ ਅੱਜ ਹਿੰਮਤ ਇਹਨਾਂ ਨੇ ਬੰਨੀ ਹੈ ਤਾਂ ਇਹ ਨੈਚੁਰਲ ਹੈ ਜਿਹੜੇ ਵੀ ਯੰਗਸਟਰਸ ਹੈ ਸਾਡੇ ਜਾਂ ਜਿਹੜੇ ਵੀ ਹੋਰ ਬੰਦੇ ਸੋਚ ਰਹੇ ਹੈ ਉਹਨਾਂ ਵਾਸਤੇ ਮੋਟੀਵੇਸ਼ਨ ਹੈ ਜੀ ਅੱਜ ਮੈਂ ਨਾ ਕੰਪੈਨਿੰਗ ਕਰ ਰਿਹਾ ਸੀ ਕੰਪੈਨਿੰਗ ਕਰਦੇ ਕਰਦੇ ਮੈਂ ਖੁਰਾਨਾ ਸਾਹਿਬ ਦੇ ਘਰ ਦੇ ਬਾਹਰ ਆਇਆ ਅਤੇ ਮੈਂ ਪੜ੍ਹਿਆ ਨਾ ਜਦ ਕਿ ਖੁਰਾਨਾ ਸਾਹਿਬ ਦਾ ਘਰ ਹੈ ਤਾਂ ਮੇਰੇ ਨਾ ਇੱਕਦਮ ਅੱਖਾਂ 'ਚ ਹੰਝੂ ਆ ਗਏ ਤਾਂ ਮੈਂ ਬੜਾ ਘਬਰਾ ਜਾ ਗਿਆ ਮੈਂ ਕਿਹਾ ਵੀ ਮੈਂ ਇੱਥੇ ਵੀ ਵੋਟ ਮੰਗਾਂ ਕਿ ਕਿਵੇਂ ਜਿਵੇਂ ਬੜਾ ਅਜੀਬ ਜਿਹਾ ਲੱਗਿਆ ਤਾਂ ਚਲੋ ਮੈਂ ਹਿੰਮਤ ਮਾਰ ਕੇ ਜਿਵੇਂ ਵੀ ਬੈੱਲ ਮਾਰੀ ਖੁਰਾਨਾ ਸਾਹਿਬ ਦੇ ਘਰ ਦੀ ਤਾਂ ਖੁਰਾਨਾ ਸਾਹਿਬ ਦੇ ਬੇਟੇ ਤਰੁਣ ਜੀ ਬਾਹਰ ਆਏ ਤਾਂ ਮੈਂ ਉਹਨਾਂ ਤੋਂ ਆਪਣੀ ਵੋਟ ਮੰਗੀ ਅਤੇ ਉਹਨਾਂ ਤੋਂ ਆਸ਼ੀਰਵਾਦ ਲਿਆ ਅਤੇ ਮੈਂ ਖੁਰਾਨਾ ਸਾਹਿਬ ਉਹਨਾਂ ਨੂੰ ਤਰੁਣ ਜੀ ਨੂੰ ਮੈਂ ਇੱਕ ਰਿਕੁਐਸਟ ਕੀਤੀ ਕਿ ਮੇਰਾ ਨਾ ਮਨ ਬੜਾ ਭਾਵੁਕ ਹੋ ਗਿਆ ਮੈਂ ਬਈ
ਮੈਨੂੰ ਨਾ ਖੁਰਾਨਾ ਸਾਹਿਬ ਦੇ ਦਰਸ਼ਨ ਕਰਨੇ ਆ ਅੱਜ। ਤਾਂ ਖੁਰਾਨਾ ਉਹਨਾਂ ਤਰੁਣ ਜੀ ਨੇ ਮੈਨੂੰ ਇੰਨੇ ਚੰਗੇ ਸੁਭਾਅ ਦੇ ਨਾਲ ਅੰਦਰ ਬੁਲਾਇਆ ਕਿ ਜਿੱਦਾਂ ਮੈਂ ਸੁਣਿਆ ਸੀ ਨਾ ਇਹਨਾਂ ਬਾਰੇ ਵੀ ਜਨਤਾ ਤੋਂ ਲੋਕਾਂ ਤੋਂ ਵੀ ਤਰੁਣ ਜੀ ਬਹੁਤ ਅੱਛੇ ਨੇਕ ਇਨਸਾਨ ਨੇ, ਬੜੇ ਖੁਸ਼ ਦਿਲ ਨੇ। ਤਾਂ ਮੈਂ ਕਹਿੰਦਾ ਕਿ ਅੱਜ ਮੈਨੂੰ ਉਹਨਾਂ ਨਾਲ ਮਿਲ ਕੇ, ਪਹਿਲੀ ਵਾਰ ਮਿਲਿਆ ਮੈਂ ਉਹਨਾਂ ਨੂੰ, ਅਤੇ ਮਿਲ ਕੇ ਇੰਨੀ ਖੁਸ਼ੀ ਹੋਈ ਕਿ ਵਾਕਈ ਤਰੁਣ ਜੀ ਦਾ ਇੱਕ ਰੱਬ ਦਾ ਰੂਪ ਨੇ। ਜਿਵੇਂ ਖੁਰਾਨਾ ਜੀ ਵਧੀਆ ਇਨਸਾਨ ਸੀਗੇ ਆਪਾਂ ਸਾਰਿਆਂ ਨੂੰ ਸ਼ਹਿਰ ਵਾਲਿਆਂ ਨੂੰ ਪਤਾ, ਤਾਂ ਮੈਂ ਕਹਿੰਦਾ ਕਿ ਉਹਨਾਂ ਦੇ ਹੀ ਤਰ੍ਹਾਂ ਉਹਨਾਂ ਦੇ ਬੇਟੇ ਵੀ ਅੱਜ ਬਹੁਤ ਵਧੀਆ ਲੱਗਿਆ ਉਹਨਾਂ ਨੇ। ਮੈਂ ਫਿਰ ਉਹਨਾਂ ਦੀ ਰਿਕੁਐਸਟ ਕੀਤੀ ਕਿ ਤਰੁਣ ਜੀ ਮੈਂ ਖੁਰਾਨਾ ਸਾਹਿਬ ਦੇ ਦਰਸ਼ਨ ਕਰਨੇ ਹੈ। ਤਾਂ ਮਨ ਤਾਂ ਬੜਾ ਉਦਾਸ ਜਿਹਾ ਹੋ ਰਿਹਾ ਸੀ, ਚਲੋ ਮੈਂ ਫਿਰ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਤਾਂ ਖੁਰਾਨਾ ਸਾਹਿਬ ਦੇ ਦਰਸ਼ਨ ਕਰਨ। ਤਾਂ ਉਹਨਾਂ ਨੇ ਮੈਨੂੰ ਕਿਹਾ ਨੰਨਾ ਜੀ ਆਓ ਅੰਦਰ, ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਜਿਹੜਾ ਮੰਦਿਰ ਹੈ ਇਸ ਹਰ ਛੋਟੇ ਆਮ ਵੱਡੇ ਬੰਦੇ ਲਈ ਖੁੱਲ੍ਹਾ, 24 ਘੰਟੇ ਖੁੱਲ੍ਹਾ, ਤੁਸੀਂ ਆਓ ਆਓ ਆ ਕੇ ਤੁਸੀਂ ਦਰਸ਼ਨ ਕਰ ਸਕਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਤਾਂ ਮੈਂ ਚਲੋ ਅੰਦਰ ਆਇਆ, ਤਾਂ ਅੰਦਰ ਆ ਕੇ ਮੈਂ ਜਿਵੇਂ ਹੀ ਖੁਰਾਨਾ ਸਾਹਿਬ ਦੀ ਜੀ ਦੇ ਦਰਸ਼ਨ ਕੀਤੇ, ਤਾਂ ਵੀ ਬੜਾ ਮਨ ਨਾ ਜਿਵੇਂ ਐਂ ਉਦਾਸ ਹੋ ਗਿਆ ਕਿ ਬਸ ਮੇਰੇ ਅੱਖਾਂ 'ਚੋਂ ਹੰਝੂ ਵੀ ਨਿਕਲਣ ਲੱਗ ਗਏ ਸੀ। ਅਤੇ ਬਹੁਤ ਅੱਛਾ ਲੱਗਿਆ ਇਹਨਾਂ ਦਾ ਆਸ਼ੀਰਵਾਦ ਲੈ ਕੇ। ਤਾਂ ਬਾਕੀ ਮੈਂ ਉਹਨਾਂ ਨੇਤਾਵਾਂ ਨੂੰ ਅੱਜ ਇੱਕ ਮੈਸੇਜ ਦੇਣਾ ਚਾਹੂੰਗਾ ਜਿਹੜੇ ਖੁਰਾਨਾ ਸਾਹਿਬ ਦੀ ਦਾ ਨਾਂ ਲੈ ਕੇ ਰਾਜਨੀਤੀ ਕਰਦੇ ਨੇ ਅਤੇ ਸਟੇਜਾਂ 'ਤੇ ਖੜ੍ਹੇ ਹੋ ਕੇ ਖੁਰਾਨਾ ਸਾਹਿਬ ਬਣਨਾ ਚਾਹੁੰਦੇ ਨੇ, ਜਾਂ ਉਹ ਕਹਿੰਦੇ ਨੇ ਕਿ ਅਸੀਂ ਖੁਰਾਨਾ ਸਾਹਿਬ ਬਣਨਾ ਚਾਹੁੰਦੇ ਹਾਂ। ਤਾਂ ਮੈਂ ਉਹਨਾਂ ਨੂੰ, ਉਹ ਨੇਤਾਵਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਪਹਿਲਾਂ ਕਦੀ ਖੁਰਾਨਾ ਸਾਹਿਬ ਨੂੰ ਯਾਦ ਕੀਤਾ, ਜਾਂ ਚੁਣਾਵਾਂ ਤੋਂ ਬਾਅਦ ਕਦੀ ਖੁਰਾਨਾ ਸਾਹਿਬ ਨੂੰ ਯਾਦ ਕੀਤਾ, ਤੁਸੀਂ ਖੁਰਾਨਾ ਸਾਹਿਬ ਬਣ ਹੀ ਨਹੀਂ ਸਕਦੇ ਗੇ। ਕਿਉਂਕਿ ਜੇ ਮੈਂ ਸਮਝਦਾ ਕਿ ਜੋ ਖੁਰਾਨਾ ਸ਼ਖਸੀਅਤ ਖੁਰਾਨਾ ਸਾਹਿਬ ਸੀਗੇ ਜਾਂ ਉਹਨਾਂ ਦੇ ਬੇਟੇ ਨੇ, ਤਾਂ ਮੈਂ ਕਹੂੰਗਾ ਕਿ ਤੁਸੀਂ ਉਹਨਾਂ ਦੇ ਪੈਰ, ਖੁਰਾਨਾ ਸਾਹਿਬ ਦੇ ਪੈਰ ਦੀ ਜੁੱਤੀ ਵੀ ਨਹੀਂ ਹੋ। ਮੈਂ ਤਾਂ ਜੁੱਤੀ ਵੀ ਇੱਕ ਵੱਡੀ ਗੱਲ ਕਹਿਤੀ ਹੈ, ਤਾਂ ਮੈਂ ਕਹੂੰਗਾ ਕਿ ਉਹਨਾਂ ਦੇ ਪੈਰ ਦੀ ਧੂੜ ਵੀ ਨਹੀਂ ਆ ਉਹ ਜਿਹੜੇ ਖੁਰਾਨਾ ਸਾਹਿਬ ਦਾ ਨਾਮ ਲੈ ਕੇ ਰਾਜਨੀਤੀ ਕਰਦੇ ਨੇ। ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੂੰਗਾ ਕਿ ਤੁਸੀਂ ਕਦੀ ਆ ਕੇ ਖੁਰਾਨਾ ਸਾਹਿਬ ਦੀ ਸੂਧ ਬੂਧ ਲਈ ਹੈ ਅੱਜ ਤੱਕ? ਕਿਆ ਤੁਹਾਨੂੰ ਚੋਣਾਂ ਦੇ ਟਾਈਮ ਵੀ ਖੁਰਾਨਾ ਸਾਹਿਬ ਯਾਦ ਆ ਜਾਂਦੇ ਨੇ? ਠੀਕ ਹੈ, ਮੈਂ ਕੋਈ ਸਪੈਸ਼ਲ ਖੁਰਾਨਾ ਸਾਹਿਬ ਦੇ ਘਰ ਨਹੀਂ ਆਇਆ, ਮੈਂ ਆਪਣੀ ਕੰਪੈਨਿੰਗ ਕਰ ਰਿਹਾ ਸੀਗਾ। ਤਾਂ ਚਲੋ ਮੈਂ ਪੜ੍ਹਿਆ, ਤਾਂ ਮੇਰਾ ਮਨ ਕੀਤਾ ਕਿ ਮੈਂ ਖੁਰਾਨਾ ਸਾਹਿਬ ਜੀ ਦਾ ਆਸ਼ੀਰਵਾਦ ਲਵਾਂ, ਤਾਂ ਮੈਂ ਤਰੁਣ ਜੀ ਨੂੰ। ਅਤੇ ਮੈਂ ਦੇਖੋ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਦੇਖੋ ਮੈਂ ਇੱਕ ਆਮ ਇਨਸਾਨ ਹਾਂ, ਗਰੀਬ ਇਨਸਾਨ ਹਾਂ, ਮੈਂ ਲੋਕਾਂ ਨੂੰ ਕੁਝ ਦੇ ਤਾਂ ਨਹੀਂ ਸਕਦਾ ਗਾ। ਹਾਂ, ਲੋਕਾਂ ਨੇ ਆਸ਼ੀਰਵਾਦ ਦਿੱਤਾ ਤਾਂ ਮੈਂ ਲੋਕਾਂ ਲਈ ਬਹੁਤ ਕੁਝ ਕਰਕੇ ਜਾਵਾਂਗਾ। ਅਤੇ ਹਾਂ, ਜੇ ਮੈਂ ਮੰਨ ਲਓ ਇਸ ਚੋਣਾਂ 'ਚ ਨਹੀਂ ਵੀ ਜਿੱਤਦਾ, ਤਾਂ ਮੇਰਾ ਜਨਤਾ ਨੂੰ ਇਹ ਵਾਅਦਾ ਹੈ ਕਿ ਨੰਨਾ ਜਨਤਾ ਨੂੰ, ਗਰੀਬਾਂ ਨੂੰ ਪੈਨਸ਼ਨਾਂ ਤਾਂ ਨਹੀਂ ਦੇ ਸਕਦਾ ਗਾ, ਪਰ ਉਹਨਾਂ ਲਈ ਕੋਈ ਵੀ ਉਹਨਾਂ ਦੀ ਕੋਈ ਦਿੱਕਤ ਹੈ, ਪਰੇਸ਼ਾਨੀ ਹੈ ਸਰਕਾਰ ਦੇ ਖਿਲਾਫ਼, ਤਾਂ ਮੈਂ ਨੰਨੇ ਆਪਣੀ ਦਰੀ ਜ਼ਰੂਰ ਲੈ ਕੇ ਜਾਏਗਾ ਅਤੇ ਦਰੀ ਵਿਛਾ ਕੇ ਉਹਨਾਂ ਦੇ ਲਈ ਡਟ ਕੇ ਲੜੇਗਾ। ਜਦੋਂ ਮਰਜ਼ੀ ਨੰਨੇ ਨੂੰ ਯਾਦ ਕਰ ਲਓ ਚੋਣਾਂ ਤੋਂ ਬਾਅਦ, ਨੰਨਾ ਡਟ ਕੇ ਲੜੇਗਾ ਉਹਦੇ ਲਈ। ਅਤੇ ਇੱਕ ਮੈਂ ਹੋਰ ਗੱਲ ਕਹਿਣਾ ਚਾਹੂੰਗਾ, ਜਿਹੜੇ ਇਹ ਨੇਤਾ ਕਹਿੰਦੇ ਨੇ ਕਿ ਖੁਰਾਨਾ ਸਾਹਿਬ ਦੇ ਨਾਂ ਲੈ ਕੇ ਜਿਹੜੇ ਚੋਣਾਂ ਲੜਦੇ ਨੇ, ਕਿਆ ਉਹ ਨੇਤਾਵਾਂ ਨੇ ਅੱਜ ਤੱਕ ਇੰਨੇ ਸਾਲਾਂ 'ਚ ਕਦੀ ਸੋਚਿਆ ਕਿ ਜਿਹੜੇ ਰਾਜ ਨੇਤਾ ਸਾਡੇ ਗੁਰੂ ਸੀਗੇ, ਰਾਜਪੁਰੇ ਦੀ, ਬਾਬਲਪੁਰ ਦੀ ਸ਼ਾਨ ਸੀਗੇ, ਕਿ ਉਹਨਾਂ ਨੇ ਕਦੀ ਕਦੀ ਇਹ ਸੋਚਿਆ ਕਿ ਅਸੀਂ ਖੁਰਾਨਾ ਸਾਹਿਬ ਦਾ ਕਦੀ ਬੁੱਤ ਵੀ ਲਗਵਾ ਕੇ ਦੇਖ ਲਈਏ? ਅੱਜ ਤੱਕ ਸੋਚਿਆ ਕਿਸੇ ਨੇ? ਤਾਂ ਮੈਂ ਉਹਨਾਂ ਨੇਤਾਵਾਂ ਬਾਰੇ ਹੋਰ ਤਾਂ ਕੁਝ ਨਾ ਕਹਿੰਦਾ ਹੋਊਗਾ ਕਿਉਂਕਿ ਉਹਨਾਂ ਨੇ ਕਦੀ ਸੋਚਿਆ ਨਹੀਂ, ਪਰ ਮੈਂ ਆਪਣੇ ਰਾਜਪੁਰੇ ਦੀ, ਬਾਬਲਪੁਰ ਜਨਤਾ ਨੂੰ, ਇੱਕ ਗਰੀਬ ਬਾਬਲਪੁਰ, ਜੋ ਹੈ ਤੁਹਾਡਾ ਆਪਣਾ ਬੇਟਾ ਨੰਨਾ ਹੈਗਾ ਜਿਹੜਾ, ਉਹ ਅੱਜ ਇੱਕ ਵਾਅਦਾ ਕਰਕੇ ਜਾ ਰਿਹਾ ਕਿ ਨੰਨਾ ਇਸ ਚੋਣਾਂ 'ਚ ਹਾਰੇ ਚਾਹੇ ਜਿੱਤੇ,
ਚਾਹੇ ਹਾਰੇ ਚਾਹੇ ਜਿੱਤੇ, ਪਰ ਨੰਨਾ ਬਹੁਤ ਹੀ ਜਲਦੀ ਬਾਬਲਪੁਰ ਭਵਨ ਦੇ ਵਿੱਚ ਖੁਰਾਨਾ ਸਾਹਿਬ ਦਾ ਇੱਕ ਸਟੈਚੂ ਜ਼ਰੂਰ ਲਗਵਾਉਣ ਜਾ ਰਿਹਾ।